ਆ ਜੀ ਤਾਂ ਕਹਿੰਦਾ ਫਿਰ ਵੇ ਸਾਹਮਣੇ ਬਣਿਆ ਨੀ ਯਾਰ ਲਓ ਜੀ ਆ ਦੇਖੋ ਕਿੱਥੇ ਪਹੁੰਚ ਗਏ ਕਰੇਰੀ ਲੇਕ ਇਹਨੂੰ ਕਹਿੰਦੇ ਕਰੇਰੀ ਲੇਕ ਆ ਇੱਥੇ ਠੰਡ ਘੱਟ ਏ ਹੈ ਇੱਥੇ ਠੰਡ ਘੱਟ ਏ ਰਾਤੀ ਜੀ 2:30 ਵਜੇ ਹੋਈ ਸੀ ਨਾ ਠੰਡ ਉਹਨੇ ਬੜੀ ਅੱਤ ਕਰਾਈ ਸੀ ਹੁਣ ਤਾਂ ਠੀਕ ਆ ਮੌਸਮ ਵੇਖਣ ਨੂੰ ਘੱਟ ਲੱਗਦਾ ਜੇ ਉਧਰ ਚੜੀਏ 2 ਘੰਟੇ ਲੱਗ ਜਾਣੇ ਆਪਾਂ ਬਰਫ਼ ਤੱਕ ਹਾਂ ਹੈ ਇਹ ਟਰੈਕ ਅੱਗੇ ਵੀ ਜਾਂਦਾ ਚਲੀਏ ਜੀ ਅਸੀਂ ਪਹੁੰਚ ਗਏ ਜੀ ਕਰੇਰੀ ਲੇਕ ਬਹੁਤ ਜ਼ਿਆਦਾ ਠੰਡ ਸੀ ਇੱਥੇ ਆ ਕੇ ਸਾਨੂੰ ਘੱਟ ਮਹਿਸੂਸ ਹੋਈ ਵੈਸੇ ਕਿਉਂਕਿ ਤਾਂ ਜੀ ਠੀਕ ਠਾਕ ਹੋ ਗਿਆ ਉੱਪਰ ਆ ਕੇ ਠੰਡ ਘੱਟ ਗਈ ਇੱਥੇ ਆਏ ਥੱਲੇ ਬਹੁਤ ਸੀਗੀ ਥੱਲੇ ਬਹੁਤ ਜ਼ਿਆਦਾ ਠੰਡ ਦਾ ਪਤਾ ਨਹੀਂ ਟਾਈਮ ਦਾ ਫਰਕ ਪੈ ਗਿਆ ਸਮਾਂ ਸੀ ਰਾਤੀ 2 ਵਜੇ ਜ਼ਿਆਦਾ ਸੀ ਠੰਡ ਹੈਗੀ ਆ ਇੱਥੇ ਓਲਾ ਹੋ ਗਿਆ ਇੱਥੇ ਨਾ ਪਹਾੜਾਂ ਦੇ ਵਿੱਚ ਜਿਹੜੀ ਜਗ੍ਹਾ ਵਿੱਚ ਆ ਜਾਂਦੀ ਆ ਉੱਥੇ ਜਿਹੜੀ ਹਵਾ ਦਾ ਪ੍ਰੈਸ਼ਰ ਘੱਟ ਹੋ ਜਾਂਦਾ ਇਸ ਕਰਕੇ ਬਾਕੀ ਇਹ ਆ ਵੀ ਪ੍ਰਧਾਨ ਜੀ ਇੱਥੇ ਹਰੇਕ ਬੰਦੇ ਨੂੰ ਆਉਣਾ ਚਾਹੀਦਾ ਹਾਂ ਆਪਣਾ ਸਵੇਰੇ ਤੁਰੋ ਅਸੀਂ ਤੇ ਚਲੋ 2 ਵਜੇ ਤੁਰੇ ਠੀਕ ਰਹੇ ਆ ਸਾਡੇ 5 ਪਹੁੰਚ ਗਏ ਸਾਡਾ ਵੀ ਵਧੀਆ ਸੀ ਸਫ਼ਰ ਬਟ ਇਹ ਆ ਕਿ ਜੇ ਤੁਸੀਂ ਫੁੱਲ ਇੰਜੋਏ ਕਰਨਾ ਸਵੇਰੇ 9 ਵਜੇ ਤੁਰੋ ਆਨੰਦ ਨਾਲ ਕਈ ਇੱਥੇ ਉਹ ਪਲੇਸ ਆਉਣੇ ਨੇ ਜਿੱਥੇ ਆਪਾਂ ਬਹਿ ਸਕਦੇ ਹਾਂ ਖਾ ਪੀ ਸਕਦੇ ਹਾਂ ਬਾਕੀ ਇਹ ਕਿ ਇਹ ਟਰੈਕ ਹੈ ਬੜਾ ਸੇਫ ਹੈ ਜਿਹੜੀ ਗੱਲ ਹੈ ਨਾ ਇੱਕ ਤੇ ਕਰੇਰੀ ਲੇਕ ਦੀ ਹਾਂਜੀ ਇਹ ਤਾਂ ਕਰੇਰੀ ਲੇਕ ਹੋ ਗਈ ਪਰ ਜਿਹੜਾ ਉਹ ਸਕਿੱਲ ਵੈਲ ਵਾਲਾ ਜਿਹੜਾ ਹੈ ਨਾ ਆਪਣਾ ਅਗਲਾ ਉਹ ਜਿਹੜਾ ਅਗਲਾ ਪੜਾਅ ਹੈ ਨਾ ਉਹ ਕਰਾਂਗੇ ਆਪਾਂ ਆਪਣੇ ਵੱਡੇ ਵੀਰਾਂ ਨਾਲ ਉਹ ਬਾਈ ਬੜਾ ਪਹਿਲੀ ਬਾਈ ਦਾ ਨਾਮ ਬੜਾ ਪਹਿਲੀ ਬਾਈ ਹੈ ਉਹ ਕਰਾਉਂਦਾ ਇੱਥੇ ਤੇ ਬਹੁਤ ਵਧੀਆ ਦਾ ਰੇਟ ਵੀ ਉਹਦਾ ਠੀਕ ਹੈ ਆਪਾਂ ਨੂੰ ਆਪਾਂ ਟੈਂਟ ਲਿਆਉਣ ਦੀ ਲੋੜ ਨਹੀਂ ਉਹਦਾ ਸਾਰਾ ਕੁਝ ਇੰਤਜ਼ਾਮ ਉਹਦਾ ਆਪਣਾ ਹੀ ਹੁੰਦਾ ਬਾਕੀ ਆ ਸਵੇਰੇ ਮਾਰਨਿੰਗ ਟਾਈਮ ਹੈ ਵੀ ਆ ਲੇਕ ਹੈ ਜਿਸ ਨੂੰ ਲੋਕੀ ਵੇਖਣ ਵਾਸਤੇ ਆਉਂਦੇ ਨੇ ਇਹ ਲੇਕ ਦਾ ਪਾਣੀ ਸਾਰਾ ਥੱਲੇ ਸਪਲਾਈ ਹੁੰਦਾ ਨਾਲ ਨਾਲ ਜਾਂਦਾ ਜਿਹੜਾ ਹੈਗਾ ਕਰੇਰੀ ਲੇਕ ਜਿਹਨੂੰ ਕਹਿੰਦੇ ਨੇ ਇਹਦਾ ਪਾਣੀ ਉੱਪਰੋਂ ਬਰਫ਼ ਦਾ ਪਿਘਲ ਕੇ ਆਉਂਦਾ ਹੈ ਸਾਰਾ ਪਾਣੀ ਥੱਲੇ ਨਾਲ ਨਾਲ ਜਾਂਦਾ ਹੈ ਉਹ ਜਿਹੜਾ ਟਰੈਕ ਦੇ ਨਾਲ ਸਾਰਾ ਜਾਂਦਾ ਬਾਈ ਇੱਕ ਸਮਾਂ ਆਉਂਦਾ ਜਦੋਂ ਇੱਥੇ 25-30 ਫੁੱਟ ਬਰਫ਼ ਇਸ ਜਗ੍ਹਾ 'ਤੇ ਪੈਂਦੀ ਹੈ ਇਹ ਜਗ੍ਹਾ ਮਈ ਜੂਨ ਜੁਲਾਈ ਅਗਸਤ ਅਤੇ ਅਕਤੂਬਰ ਨਵੰਬਰ ਅਤੇ ਦਸੰਬਰ ਅਤੇ ਜਨਵਰੀ ਦੇ ਇੱਥੇ ਬੰਦਾ ਕੋਈ ਪਹੁੰਚ ਨਹੀਂ ਸਕਦਾ ਜਿਹੜੇ ਬੰਦੇ ਇੱਥੇ ਬੈਠੇ ਨੇ ਉਹ ਵੀ ਵਾਪਸ ਚਲੇ ਜਾਂਦੇ ਨੇ ਕਿਉਂਕਿ ਇੱਥੇ ਕੋਈ ਹੱਲ ਨਹੀਂ ਹੈਗਾ ਇੱਥੇ ਅਤੇ ਨਾ ਹੀ ਬੰਦਾ ਇੱਥੇ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਹਾਂਜੀ ਅੱਜ ਦੀ ਤਰੀਕ ਦੱਸ ਦਿਓ ਪ੍ਰਧਾਨ ਜੀ ਹੈਗੀ ਅੱਜ ਹੈਗੀ 12 ਬਾਕੀ ਪ੍ਰਧਾਨ ਜੀ 12 ਮਈ 2024 ਦਾ ਸਾਡਾ ਜਿਹੜਾ ਇਹ ਪਹਿਲਾ ਟਰੈਕ ਹੈ ਕਰੇਰੀ ਲੇਕ ਦਾ ਗਰਮੀਆਂ ਦਾ ਇੱਥੇ ਸ਼ੁਰੂ ਕੀਤਾ ਹੈ ਭਾਈ ਜਿਹੜਾ ਇੱਥੋਂ ਦਾ 12 ਮਈ ਦਾ ਦ੍ਰਿਸ਼ ਹੋਵੇ ਕਹਿਣ ਦੀ ਗੱਲ ਹੈ ਜੀ ਸਵੇਰ ਦਾ ਜੀ ਤੁਸੀਂ ਨਾ ਆ ਬਤਾਓ ਅਸੀਂ ਇਹ ਗੱਲ ਨੋਟ ਕੀਤੀ ਹੈ ਕੱਲ ਦੇ ਟਰੈਕ ਦੇ ਵਿੱਚ ਇੱਥੇ ਮਤਲਬ ਕਿ ਜਿੰਨੇ ਮੁੰਡੇ ਆਉਂਦੇ ਉਨੀਆਂ ਕੁੜੀਆਂ ਵੀ ਨਾਲ ਆਉਂਦੀਆਂ ਇਹ ਟਰੈਕ ਸੌਖਾ ਹੈ ਉਵੇਂ ਕਰਨਾ ਇੰਨਾ ਔਖਾ ਨਹੀਂ ਹੈਗਾ ਇਸ ਕਰਕੇ ਆਪਣੇ ਆਪ ਹੀ ਹੌਸਲਾ ਜਾਂਦਾ ਵੀ ਇਹ ਟਰੈਕ ਕਰ ਸਕਦੇ ਆ ਬਾਕੀ ਇਹ ਆ ਕਿ ਜਿੰਨਾ ਟਰੈਕ ਹੈ ਸਾਰਾ ਏਦਾਂ ਹੀ ਸਮਝੋ ਕਿ ਤੁਸੀਂ 9 ਕਿਲੋਮੀਟਰ ਪੌੜੀਆਂ ਚੜ੍ਹਦੇ ਜਾਣਾ 10 ਕਿਲੋਮੀਟਰ ਦਾ ਪੂਰਾ ਟਰੈਕ ਜੀ ਬੋਰਡ ਲੱਗਿਆ ਉੱਥੇ 10 ਕਿਲੋਮੀਟਰ ਨੌ ਕਿਲੋਮੀਟਰ ਦਾ ਨਾ 9 ਕਿਲੋਮੀਟਰ ਜਿਹੜੀ 9-9.5 ਕਿਲੋਮੀਟਰ ਕੈਂਪ ਸਾਈਟ ਹੈ ਜਿਹੜੀ ਕਰੇਰੀ ਲੇਕ ਤੇ ਆ ਗਿਆ ਨਾ ਇਹ 10 ਹੋ ਗਿਆ ਪੂਰੀ 10 ਆ ਜੀ ਹਾਂਜੀ ਕਰੇਰੀ ਲੇਕ ਤੱਕ 10 ਜਿੱਥੇ ਟੈਂਟ ਲੱਗਦੇ ਨੇ ਉਹ ਜਗ੍ਹਾ 9.5 ਕਿਲੋਮੀਟਰ ਆ ਪਿੱਛੇ ਕਿਲੋਮੀਟਰ ਪਿੱਛੇ ਲੱਗਦੇ ਬਈ ਗੱਲਾਂ ਪਤਾ ਸਿਰੇ ਦੀਆਂ ਨੇ ਤੁਸੀਂ ਆਪਣਾ ਟਾਈਮ ਕੱਢ ਕੇ ਆ ਮਈ ਜੂਨ ਤੇ ਜੁਲਾਈ ਇਹ 3 ਮਹੀਨੇ ਇੱਥੋਂ ਦਾ ਫੁੱਲ ਸੀਜ਼ਨ ਰਹਿਣਾ ਖਾਸ ਕਰਕੇ ਤੁਸੀਂ ਸੈਚਰਡੇ ਨੂੰ ਆਓ ਕਿਉਂਕਿ ਇੱਥੇ ਮਤਲਬ ਫੁੱਲ ਰਸ਼ ਰਹਿੰਦਾ ਇੱਥੇ ਸੈਚਰਡੇ ਨੂੰ ਆਓ ਅਤੇ ਸੰਡੇ ਨੂੰ ਚਲੇ ਜਾਓ ਅਤੇ ਤੁਹਾਨੂੰ ਇੱਥੇ ਫੁੱਲ ਇੰਜੋਏ ਮਿਲੂਗਾ ਇੱਥੇ
ਲੋਕ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ ਇਸ ਚੀਜ਼ ਦਾ ਆਨੰਦ ਲੈਂਦੇ ਨੇ। ਵੈ ਕੁਦਰਤ ਆ ਵੇਖੋ, ਕੁਦਰਤ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਿਆ ਨਜ਼ਾਰਾ ਸਵੇਰ ਦਾ ਨਜ਼ਾਰਾ ਦੇਖੋ ਜੀ, ਉਹ ਦੇਖੋ ਉਹ ਉੱਧਰ ਮਾਰੋ ਰਤਨ, ਉੱਧਰ ਮਾਰ ਕੈਮਰਾ, ਵੇਖੋ ਸੂਰਜ ਚੜ ਰਿਹਾ ਤੇ ਉਹ ਪਹਾੜ ਦੇ ਉੱਪਰ ਧੁੱਪ ਪੈ ਰਹੀ ਹੈ। ਭੱਜ ਵਟਿਆ ਵਿਚ ਬਦਲੀ ਡਰਦਾ ਲਿਸ਼ਕਣਾ ਮਾਰੇ ਬਾਈ, ਦੇਖੋ ਦੇਖੋ ਸੂਰਜ ਪਿੱਛੇ ਬਦਲ ਪਿੱਛੇ ਚਲਾ ਗਿਆ, ਬਦਲ ਭਾਰੀ ਹੋ ਗਏ, ਥੱਲੇ ਬਰਫ਼ ਆ ਗਈ, ਥੱਲੇ ਲੇਕ ਆ ਗਈ, ਕਿਆ ਇਹਨਾਂ ਦਾ ਸੁਮੇਲ ਆ ਗਈ ਕੁਦਰਤ ਦਾ, ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ, ਬੇਅੰਤ ਪਾਸ਼। ਬਾਕੀ 11 ਮਈ ਨੂੰ ਇੱਥੇ ਪਹੁੰਚੇ, ਸਟੇਟਸ ਚੈੱਕ ਕੀਤਾ ਨਾ, ਸਟੇਟਸ ਚੈੱਕ ਕੀਤਾ ਅਸੀਂ ਲੋਕਾਂ ਦਾ, ਤਾਂ ਸਾਨੂੰ ਪਤਾ ਲੱਗਾ ਕਿ ਸੁਰਜੀਤ ਪਾਤਰ ਜੀ ਜਿਹੜੇ ਪੰਜਾਬੀ ਦੇ ਬਹੁਤ ਹੀ ਮਹਾਨ ਕਵੀ ਲੇਖਕ, ਜਿਨ੍ਹਾਂ ਨੇ ਬਹੁਤ ਪ੍ਰਸਿੱਧ ਕਵਿਤਾਵਾਂ ਇਸ ਪੰਜਾਬ ਲਈ ਲਿਖੀਆਂ ਨੇ, ਅਤੇ ਉਹ ਕੱਲ੍ਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੀ ਇੱਕ ਕਵਿਤਾ ਹੈ, ਦੁਨੀਆਂ ਨੇ ਵੱਸਦੀ ਰਹਿਣਾ ਏ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ ਤੜਪਿਆ ਅਤੇ ਉਲਝਿਆ ਨਾ ਕਰ। ਬਈ ਸਿਰਾ ਵੇਖੋ ਜੀ, ਜਿਹੜਾ ਉਹਨਾਂ ਨੇ ਅਨਮੋਲ ਖਜ਼ਾਨਾ ਇੱਕ ਸੰਸਾਰ ਨੂੰ ਦੇ ਦਿੱਤਾ, ਉਹਦੀ ਕੋਈ ਰੀਸ ਨਹੀਂ ਹੈਗੀ। ਉਹ ਉਹਨਾਂ ਦੀਆਂ ਜਿਹੜੀਆਂ ਯਾਦਾਂ, ਅਭੁੱਲ ਯਾਦਾਂ ਨੇ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ। ਇਹੋ ਜਿਹਾ ਮਹਾਨ ਪਾਤਰ ਉਹਨਾਂ ਦੀ ਪਿੱਠ ਸੁਣਦੀ ਹੈ, ਉਹਨਾਂ ਦੇ ਦੇਸ਼ਾਂ ਵਿੱਚ ਗਏ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਧੁੰਮਾਂ ਪਾਈਆਂ ਨੇ ਜੀ। ਜਦ ਪਰਤਣਗੇ ਦੇਸ਼ ਆਪਣੇ ਵਰਨੀ, ਇੱਦਾਂ ਕਰਕੇ ਵੀ ਕਵਿਤਾ ਸੀ ਇਹ ਕੱਟਦੀ। ਲਓ ਜੀ, ਓਟਸ ਤਿਆਰ ਕਰ ਲੈਣੇ, ਅਤੇ ਸਮਾਂ ਮੈਨੂੰ ਲੱਗਦਾ ਕਿੰਨੇ ਕੁ ਵਜੇ ਦਾ ਹੋ ਗਿਆ, ਪਰ ਬਾਰਿਸ਼ ਬਹੁਤ ਆ, ਬਾਰਿਸ਼ ਬਹੁਤ ਤੇਜ਼ ਹੋ ਗਈ ਹੈ। ਹਾਂ, ਵੇਖ ਕੇ ਓਟਸ ਬਣਾ ਲਏ ਨੇ, ਬ੍ਰੈਡ ਨਾ ਖਾ ਰਹੇ ਹਾਂ। ਲਓ ਜੀ, 8:15 ਵੱਜ ਗਏ ਨੇ ਸਵੇਰ ਦੇ, ਠੰਡ ਰਾਤ ਨੂੰ ਇੰਨੀ ਸੀ ਨਾ, ਹੁਣ ਵੀ ਇੰਨੀ ਆ ਕਿ ਗੈਸ ਦੇ ਸਹਾਰੇ ਚਲੋ ਸਾਨੂੰ ਗਰਮੀ ਮਿਲ ਰਹੀ ਆ। ਓਟਸ ਬਣਾਏ ਨੇ, ਆ ਬ੍ਰੈਡਾਂ ਨਾਲ ਛਕ ਰਹੇ ਹਾਂ ਮਸਾਲਾ ਓਟਸ। ਕੀ ਮਾਹੌਲ ਬਣ ਗਿਆ, ਕੱਲ ਕੀ ਸੀ, ਸਵੇਰੇ 7:30 ਵਜੇ ਤੱਕ ਕੀ ਸੀ ਤੇ 8:30 ਵਜੇ ਤੱਕ ਕੀ ਹੋ ਗਿਆ। ਬਰਫ਼ ਹੁਣ ਥੱਲੇ ਉਤਰਨਾ ਬਈ, ਤੇ ਬਹੁਤ ਮੁਸ਼ਕਲ ਹੋ ਜਾਣਾ ਉਤਰਨਾ ਬਰਫ਼ ਤੇ, ਪੈਰ ਬਹੁਤ ਸਲਿਪ ਕਰ ਰਹੇ ਵੈਸੇ ਜੀ। ਹੋ ਪਤਾ ਜੀ, ਤਿਆਰੀਆਂ ਫਿਰ ਵਾਪਸ ਦੀਆਂ, ਮੇਰੀ ਲੇਕ ਤੋਂ ਕਰ ਲਿਆ ਸਮਾਨ ਪੈਕ, ਤੇ ਹੁਣ ਇੰਨਾ ਕੁ ਧਿਆਨ ਨਾਲ ਜਾਣਾ ਪੈਂਦਾ ਮੈਡਮ ਬਰਫ਼ ਕਰਕੇ, ਪੈਰ ਬਹੁਤ ਨਿਕਲਦਾ ਪਿਆ, ਆਰਾਮ ਬਰਫ਼ ਪਈ ਬਹੁਤ ਹੈ ਜੀ। ਵੇਖੋ ਬਾਈ, ਬਰਫ਼ ਦਾ ਇਸ ਚੀਜ਼ ਦਾ ਅਨੁਮਾਨ ਹੀ ਨਹੀਂ ਸੀ ਵੀ ਮੌਸਮ ਇਦਾਂ ਦਾ ਹੋਊਗਾ। ਹਾਂ ਬਾਈ, ਸਿਰਾ ਹੋਇਆ ਬਿਲਕੁਲ, ਬੜਾ ਧਿਆਨ ਹੋਣਾ ਪੈਣਾ। ਇਹ ਸਵੇਰੇ ਚਿੱਟੀ ਚਾਦਰ ਵਿਛੀ ਜਿਹਨੂੰ ਕਹਿੰਦੇ ਹਨ ਨਾ, ਪਹਾੜਾਂ 'ਚ ਪਹਿਲੀ ਵਾਰ ਦੇਖੀ ਹੈ ਚਿੱਟੀ ਚਾਦਰ ਵਿਛੀ ਹੋਈ, ਕਿਉਂ ਜੀ? ਬਿਲਕੁਲ, ਹੁਣ ਅੱਜ 12 ਮਈ ਹੈ, ਹਾਂਜੀ, 2024 ਸਵੇਰੇ 9:00 ਤੇ 30 ਮਿੰਟ ਹੋ ਚੁੱਕੇ ਨੇ, ਚਾਲੇ ਪਾਉਣ ਲੱਗੇ, ਚਾਲੇ ਪਾਉਣ ਲੱਗਿਆ ਜੀ ਹੁਣ, ਚਲੋ ਚੱਲੀਏ ਹੌਲੀ ਹੌਲੀ, ਚਲੋ ਚਲੋ। ਬੜਾ ਨਜ਼ਾਰਾ ਬਾਈ, ਅੱਜ ਦਾ ਜਿਹੜਾ ਨਜ਼ਾਰਾ ਨਾ, ਇੱਕ ਟ੍ਰੈਕਿੰਗ ਦਾ ਇੱਕ ਨਵਾਂ ਅਧਿਆਇ ਜੁੜ ਗਿਆ। ਬਸ ਬਸ,
ਗਿਰੀਅਲ ਸਾਹਿਬ ਵੀ ਗੜੇ ਇੰਨੇ ਪੈ ਚੁੱਕੇ ਨੇ, ਬਰਫ਼ ਇੰਨੀ ਪੈ ਚੁੱਕੀ ਹੈ ਕਿ ਲੰਘਣਾ ਔਖਾ ਹੋਇਆ। ਇਹ ਟਰੈਕਿੰਗ ਦੂਜੀ ਸਿੰਪਲ ਹੁੰਦੀ ਹੈ, ਇਹ ਹੈਗੀ ਬਰਫ਼ ਵਾਲੀ ਟਰੈਕਿੰਗ, ਤਾਜ਼ੀ ਤਾਜ਼ੀ ਜਿਹੜੀ ਪਈ ਹੈ। ਮੀਂਹ ਚ ਚੱਲਣ ਦੀਆਂ ਜੀ ਟਰੈਕਿੰਗ ਬਹੁਤ ਔਖਾ ਵਾ, ਟਰੈਕ ਕਰਨਾ ਸਾਡਾ। ਆਹ ਦੇਖ ਲਓ ਬੰਦੇ, ਕੰਮ ਤਾਂ ਬਾਹਲਾ ਮੁਸ਼ਕਲ ਹੋਇਆ ਵਾ ਜੀ। ਹੱਦ ਵਿਚਾਲੇ ਫਸ ਗਏ, ਕੋਈ ਕੈਂਪ ਸਾਈਟ ਵੀ ਹੈ ਨੀ ਇੱਥੇ ਹੁਣ। ਮੀਂਹ ਕਾਰਨ ਉਹ ਨਦੀ ਇੰਨੀ ਵੱਧ ਗਈ ਕਿ ਉਹ ਪਾਰ ਨਹੀਂ ਹੋਈ, ਬਹੁਤ ਪਾਣੀ ਦਾ ਵਹਾਅ ਬਹੁਤ ਵੱਧ ਗਿਆ ਸੀਗਾ। ਹੁਣ ਆ ਪੱਥਰਾਂ ਦੇ ਵਿੱਚੋਂ ਵੀ ਲੰਘਦੇ ਆ, ਵੱਡੇ ਵੱਡੇ ਪੱਥਰ ਪਾਰ ਕਰਕੇ ਆਇਆ। ਬਹੁਤ ਵਧੀਆ ਟਰੈਕ ਚੱਲਦਾ ਪਿਆ ਸੀ, ਥੋੜ੍ਹੀ ਜਿਹੀ ਠੰਡ ਪਾ ਤੀ ਸਾਡੇ ਵਿੱਚ। ਮੌਸਮ ਅੱਜ ਸਵੇਰ ਦਾ ਹੀ ਖਰਾਬ ਆ, ਕਰੀਬ ਭਿੱਜੇ ਤਾਂ ਹੋਣੀ ਸੀ, ਹੁਣ ਬਹੁਤ ਜ਼ਿਆਦਾ ਹੋ ਗਿਆ ਸੀ, ਹੁਣ ਖੜਨਾ ਹੀ ਪਿਆ, ਤੇਜ਼ ਹੋ ਗਿਆ, ਬਹੁਤ ਤੇਜ਼ ਹੀ ਹੋ ਗਿਆ। ਕਣੀਆਂ ਦਾ ਸਵੇਰ ਦੇ ਚੱਲ ਸੀ, ਕਣੀਆਂ 'ਚ ਹੀ ਕਰਦੇ ਪਏ ਸੀ ਟਰੈਕ। ਰਸਤੇ ਬੜੇ ਬੰਦ ਕਰਤੇ ਮੀਂਹ ਨੇ, ਬੜੇ ਉੱਬੜ ਖੱਬੜ ਰਸਤਿਆਂ ਤੋਂ ਆਏ ਆ, ਪੱਥਰਾਂ ਤੋਂ, ਬੜਾ ਕੰਮ ਖਤਰਨਾਕ ਸੀ ਵਿੱਚ, ਮੀਂਹ ਤੇਜ਼ ਹੋਣ ਡਿਆ। ਹਾਂ ਇਹ ਕੰਮ ਖਰਾਬ ਹੋਣਾ ਹੈ, ਟੈਂਟ ਸਾਡਾ ਬਾਹਰ ਭੇਜ ਰਿਹਾ। ਹਾਂ ਵੀ ਕਿੱਦਾਂ ਵੀ, ਬਹੁਤ ਵਧੀਆ ਪ੍ਰਧਾਨ ਜੀ, ਵਾਹ ਜੀ ਵਾਹ, ਆਪਣੇ ਬੈਗ ਚੁੱਕ ਕੇ ਜਾ ਰਹੇ ਨੇ, ਨਜ਼ਾਰਾ ਬੜਾ ਵੀ ਇੱਥੇ ਦਾ, ਬੱਲੇ ਬੱਲੇ ਬੱਲੇ, ਕਿਆ ਬਾਤ, ਵਾਹ ਜੀ ਵਾਹ। ਸਾਹਮਣੇ ਧਰਮਸ਼ਾਲਾ ਦਿਖ ਰਹੀ ਹੈ, ਮਤਲਬ ਮੀਂਹ ਪੈਣ ਨਾਲ ਮੌਸਮ ਇੰਨਾ ਸਾਫ਼ ਹੋ ਗਿਆ ਕਿ ਧਰਮਸ਼ਾਲਾ ਤੁਸੀਂ ਇੱਥੋਂ ਸਾਰੀ ਦੇਖ ਸਕਦੇ ਹੋ। ਕਿਆ ਸੀਨ ਆ ਯਾਰ, ਬਹੁਤ ਜ਼ਬਰਦਸਤ ਆ, ਟਰੈਕਿੰਗ ਤੋਂ ਥੱਲੇ ਉਤਰ ਰਿਹਾ ਹੁਣ ਲਾਸਟ। ਹਾਂ ਲਾਸਟ, ਤੁਹਾਨੂੰ ਦਿਖਾਉਂਦੇ ਹਾਂ ਟਰੈਕ ਦੀਆਂ ਗੱਲਾਂ ਬਾਤਾਂ। ਲਓ ਜੀ ਆ ਰਿਹਾ ਦ੍ਰਿਸ਼ ਹੁਣ ਕਰੇਰੀ ਲੇਕ ਟਰੈਕ ਦੇ, ਇਹ ਉਹ ਰਸਤਾ ਨਹੀਂ ਗਾ ਜਿਹੜਾ ਮੇਨ ਚੱਲਦਾ ਰਸਤਾ ਜਿੱਥੋਂ ਟਰੈਕਰ ਆਉਂਦੇ ਨੇ, ਇਹ ਰਸਤਾ ਕੀਤਾ ਸੀ ਚੇਂਜ ਵਾਟਰਫੋਲ ਤੋਂ, ਕਿਉਂਕਿ ਵਾਟਰਫੋਲ ਦਾ ਵਹਾਅ ਵੀ ਇੰਨਾ ਹੋ ਗਿਆ ਕਿ ਉੱਥੋਂ ਉਹਨੂੰ ਪਾਰ ਨਹੀਂ ਕਰ ਸਕਦੇ ਹੁਣ ਤੁਸੀਂ, ਅਤੇ ਆਹ ਹੁਣ ਪੂਰਾ ਟੋਟਲੀ ਜੰਗਲ ਨੇ, ਕੋਈ ਟਰੈਕ ਬਣਿਆ ਨਹੀਂ ਗਾ, ਬਸ ਲੱਭ ਲੱਭ ਕੇ ਜਾ ਰਿਹਾ ਰਸਤਾ, ਬਸ ਇੰਨੀ ਇੱਕ ਨਿਸ਼ਾਨੀ ਕਰਦੇ ਨਾਲ ਨਾਲ ਜਾਣਾ ਪਾਣੀ ਦੇ, ਕਿ ਉਹਦੇ ਨਾਲ ਹੀ ਨਿਕਲਾਂਗੇ ਜਾ ਕੇ, ਉੱਥੇ ਸੜਕ ਆਉਣੀ ਕਿਤੇ ਪੁੱਲ ਆਉਣਾ, ਇੱਕ ਆ ਪਾਈਪ ਨਾਲ ਜਾ ਰਿਹਾ ਪਾਣੀ ਵਾਲਾ, ਇਹਦੀ ਵੀ ਨਿਸ਼ਾਨੀ ਹੈ ਕਿ ਇਹ ਵੀ ਸੜਕ 'ਤੇ ਨਿਕਲਣਾ ਜਾ ਕੇ, ਇਹਦੇ ਭਰੋਸਾ ਜਿੰਨਾ ਚਿਰ ਤੱਕ ਇਹ ਹੈਗਾ ਦਿਖਦਾ। ਹਾਂ ਬਸ ਬਸ ਦਾਜੇ ਦੇ ਨਾਲ ਹੀ ਜਾ ਰਿਹਾ, ਬਾਈ ਹੁਣੀ ਪਿੱਛੇ ਹੈ ਸਾਡੇ। ਲਓ ਜੀ ਆਹ ਉਤਰਿਆ ਟਰੈਕ, ਹੁਣ ਜਿੱਧਰ ਦੇ ਅਸੀਂ ਘੁੰਮ ਘੁੰਮਾ ਕੇ ਆਏ ਹਾਂ, ਬਾਈ ਹੁਣੀ ਆਏ ਸਾਡੇ ਨਾਲ ਨਾਲ ਹੀ। ਐਕਸਟਰਾ
ਜਿਉਂ ਚੜ੍ਹੇ ਆਪਾਂ ਉੱਚਾਈ ਅਤੇ ਫਿਰ ਉੱਥੇ ਉਤਰ ਜਾਂਦੇ ਹਾਂ। 13 ਕਿਲੋਮੀਟਰ ਦਾ ਟਰੈਕ ਪੈਂਦਾ ਬਾਈ, ਸਿੱਧਾ ਜਾਂਦਾ ਇੱਥੋਂ। ਆਹ ਦੇਖੋ ਇੱਥੋਂ ਉਤਰੇ ਹਾਂ ਅਸੀਂ ਆਹ ਸੜਕ ਤੋਂ। ਨੌਲੀ 1 ਕਿਲੋਮੀਟਰ ਆ ਇੱਥੋਂ, ਹਾਂ ਨੌਲੀ 1 ਕਿਲੋਮੀਟਰ ਜਿੱਥੇ ਬੋਰਡ ਲੱਗਿਆ ਨਾ ਉੱਥੋਂ ਉੱਪਰ ਦੀ ਜਾਂਦਾ, ਕਿਉਂਕਿ ਵਾਟਰਫਾਲ ਕਿੱਧਰ ਦੀ ਜਾਣਾ ਜ਼ਿਆਦਾ ਆ ਗਿਆ। ਆ ਜਾਂਦੀ ਆ ਨੌਲੀ ਨੂੰ ਜਿੱਥੋਂ ਟਰੈਕ ਸ਼ੁਰੂ ਹੁੰਦਾ ਵੀ, ਮੌਸਮ ਬੜਾ ਵਧੀਆ, ਸੜਕ ਵੀ ਬੜੀ ਘੈਂਟ ਆ। ਆਹ ਟਰੈਕ ਨਿਕਲਦਾ ਇੱਧਰ ਦੀ ਉੱਪਰ ਦੀ, ਇਹ ਹੈਗਾ ਪੁਰਾਣਾ ਟਰੈਕ, ਇਹਨੂੰ ਪੁਰਾਣਾ ਟਰੈਕ ਕਹਿੰਦੇ ਨੇ। ਜੇ ਵਾਟਰਫਾਲ ਜ਼ਿਆਦਾ ਹੋ ਜੇ, ਉੱਥੋਂ ਜਾਣ ਵਾਸਤੇ ਰਸਤਾ ਨਾ ਹੋਵੇ, ਤਾਂ ਫਿਰ ਇਹ ਪਾਈਪ ਲੱਗਾ ਹੋਇਆ ਸਾਈਡ ਦੇ ਨਾਲ ਨਾਲ, ਅਤੇ ਇੱਥੋਂ ਤੁਸੀਂ ਆ ਸਕਦੇ ਹੋ। ਅਤੇ ਇਹ ਦੂਜਾ ਰਸਤਾ ਹੈਗਾ, ਬੱਲੇ ਬੱਲੇ ਜਾਣ ਯਾਰ ਟਰੈਕਾਂ 'ਚ ਜਾਣੇ 'ਚ ਥੱਕੇ ਹੋਏ ਨੇ ਬਹੁਤ ਜ਼ਿਆਦਾ, ਸੋਟੀਆਂ ਘੋਲਣੇ ਇਹਨਾਂ ਦੇ ਬੈਗ 'ਤੇ, ਮੋਢਿਆਂ ਦੇ ਬੈਗ ਪਾਏ ਹੋਏ ਨੇ, ਅਤੇ ਕਿਸੇ ਬੋਤਲਾਂ ਟੰਗੀਆਂ ਹੋਈਆਂ ਨੇ। ਪਾਣੀ ਪੀਣ ਵਾਸਤੇ ਤਾਂ ਜ਼ਰੂਰੀ ਆ, ਟਰੈਕਿੰਗ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ। ਆ ਇੱਥੇ ਗੱਡੀਆਂ ਤੁਸੀਂ ਸਟੋਰ ਕਰਦੇ ਹੋ, ਹਾਂਜੀ ਬਹੁਤ ਵਧੀਆ। ਬੰਦੇ ਜਾ ਰਹੇ ਨੇ ਥੱਕੇ, ਟੁੱਟੇ ਪਏ ਨੇ ਵਿਚਾਰੇ, ਕਿਉਂਕਿ ਜਿਹੜਾ 12.5 ਕਿਲੋਮੀਟਰ ਦਾ ਟਰੈਕ ਮੀਂਹ ਦੇ ਵਿੱਚ ਕੀਤਾ, ਇਹ ਬਹੁਤ ਜ਼ਿਆਦਾ ਭਾਰੀ ਖਤਰਨਾਕ ਸੀਗਾ, ਕਿ ਬਰਫ਼ ਵੀ ਪਈ ਸੀ, ਇਸ ਕਰਕੇ ਰਾਹ 'ਚ 2 ਵਾਰੀ ਸਟੇਅ ਕੀਤਾ, ਫਿਰ ਅਸੀਂ ਵਾਪਸ ਚੱਲ ਪਏ ਸੀਗੇ। ਕੱਲ੍ਹ ਅਸੀਂ ਚੱਲੇ ਸੀ ਇੱਥੋਂ 1:30 ਵਜੇ, ਕੱਲ੍ਹ ਦਾ ਸੀਗਾ 10 ਕਿਲੋਮੀਟਰ ਦਾ। ਅੱਜ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਸਾਨੂੰ ਥੋੜ੍ਹਾ ਜਿਹਾ ਰੂਟ ਚੇਂਜ ਕਰਨਾ ਪਿਆ, 1.5-2 ਕਿਲੋਮੀਟਰ ਦਾ ਫਾਸਲਾ ਆਪਾਂ ਨੂੰ ਵੱਧ ਤੈਅ ਕਰਨਾ ਪਿਆ। 1.5 ਕਿਲੋਮੀਟਰ ਵੱਧ ਪੈ ਗਿਆ ਅਤੇ ਬਾਕੀ 1 ਕਿਲੋਮੀਟਰ ਤੁਰ ਕੇ ਆਇਆ ਸੜਕ ਮੇਨ ਰੋਡ 'ਤੇ। ਮਤਲਬ 12.5 ਕਿਲੋਮੀਟਰ, ਮਤਲਬ 22-23 ਕਿਲੋਮੀਟਰ ਦਾ ਟਰੈਕ ਸਾਡਾ ਪੂਰਾ ਹੋ ਚੁੱਕਾ ਹੈ ਕਲੇਰੀ ਲੇਕ ਦਾ। ਹਾਂਜੀ, ਨਜ਼ਾਰਾ ਆ ਗਿਆ, ਰਸਤਾ ਬੜਾ ਵਧੀਆ ਸੀ, ਲੇਕਿਨ ਮੀਂਹ ਨੇ ਜਿਹੜੀ ਅੱਜ ਬਰਫ਼ ਪਈ ਆ ਉੱਥੇ, ਇਹ ਵੀ ਵੱਖਰਾ, ਉਹਦਾ ਨਜ਼ਾਰਾ ਵੱਖਰਾ ਸੀ ਬਾਈ, ਬਹੁਤ ਵਧੀਆ ਨਜ਼ਾਰਾ ਸੀ, ਆਨੰਦ ਆ ਗਿਆ। ਕਿਉਂ ਜੀ, ਸਾਡਾ ਟਰੈਕ ਇੱਥੇ ਖਤਮ ਹੁੰਦਾ ਹੈ, ਥੈਂਕ ਯੂ ਵੈਰੀ ਮੱਚ। ਅੱਜ ਆਪਾਂ ਹੁਣ ਆਪਾਂ ਕਾਂਗੜਾ ਪਹੁੰਚ ਚੁੱਕੇ ਹਾਂ, 12 ਮਈ 2024 ਦਿਨ ਕਹਿੰਦਾ ਐਤਵਾਰ ਆ ਜੀ। ਦਿਨ ਐਤਵਾਰ ਦਾ ਬਹੁਤ ਖਾਸ ਮਹੱਤਤਾ ਰੱਖਦਾ, ਕਿਉਂਕਿ ਛੁੱਟੀ ਹੁੰਦੀ ਹੈ, ਛੁੱਟੀ ਵਾਲੇ ਦਿਨ ਬੰਦਾ ਹਰੇਕ ਕੋਈ ਨਾ ਕੋਈ ਪਲੈਨ ਕਰ ਲੈਂਦਾ ਸ਼ਨੀਵਾਰ ਅਤੇ ਐਤਵਾਰ ਦਾ। ਜਿੱਦਾਂ ਕਿ ਅਸੀਂ ਵੀ ਪਲੈਨ ਕੀਤਾ ਵੀ ਕਲੇਰੀ ਲੇਕ 'ਤੇ ਜਾਣਾ ਹੈ ਟਰੈਕ ਕਰਨ ਵਾਸਤੇ। ਕਲੇਰੀ ਲੇਕ ਕਹਿੰਦੇ ਸੁਣਦੇ ਹੁੰਦੇ ਸੀ, ਪਰ ਅੱਜ ਅਸੀਂ ਕਰਕੇ ਪਹੁੰਚ ਚੁੱਕੇ ਹਾਂ। ਟਰੈਕ ਸਰ ਕਰਦਾ ਕਹਿੰਦੇ, ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਟਰੈਕ ਕੀਤਾ, ਹਰਜੀਤ ਸਿੰਘ ਜੀ, ਹਾਂਜੀ ਹਾਂਜੀ, ਅਤੇ ਗੁਰਪ੍ਰੀਤ ਸਿੰਘ ਜੀ, ਇਹ 2 ਜਿਹੜੇ ਮਹਾਰਥੀ ਅੱਗੇ ਬੈਠੇ ਨੇ, ਇਹ ਆਪਣਾ ਵਿਚਾਰ ਪੇਸ਼ ਕਰਨਗੇ ਵੀ ਇਹਨਾਂ ਨੂੰ ਇਹ ਟਰੈਕ ਕਿੱਦਾਂ ਦਾ ਲੱਗਿਆ। ਹਾਂਜੀ ਹਰਜੀਤ ਜੀ ਬੋਲੋ। ਜਿਹੜਾ ਜੀ ਟਰੈਕ ਹੈ ਨਾ ਕਰੇਰੀ ਲੇਕ ਵਾਲਾ, ਇਹ ਟਰੈਕ ਸ਼ੁਰੂ ਦੇ ਚਲੋ ਠੀਕ ਹੁੰਦਾ, ਥੋੜ੍ਹਾ ਜਿਹਾ ਕਿਲੋਮੀਟਰ ਤੋਂ ਅੱਗੇ ਜਾ ਕੇ
ਟਰੈਕ ਇੱਕਦਮ ਉੱਤੇ ਨੂੰ ਹੋ ਜਾਂਦਾ, ਮਤਲਬ ਇੱਕੋ ਦਮ ਇਹਨੂੰ ਚੜ੍ਹਨਾ ਪੈ ਜਾਂਦਾ ਅੱਗੇ ਜਾ ਕੇ, ਚਲੋ ਫਿਰ ਵੀ ਸਮੂਥ ਹੋ ਜਾਂਦਾ। ਬਟ ਇਹ ਆ ਕਿ ਇਸ ਟਰੈਕ ਦੇ ਵਿੱਚ ਇਹ ਗੱਲ ਹੈ ਕਿ ਇਹਦੇ 'ਚ ਵਿਊ ਬਹੁਤ ਸੋਹਣੇ ਨੇ ਸਾਰੇ ਟਰੈਕ 'ਚ ਸ਼ੁਰੂ ਤੋਂ ਲੈ ਕੇ ਐਂਡ ਤੱਕ। ਅਤੇ ਬਾਕੀ ਇਹ ਆ ਕਿ ਇਹਨੂੰ ਇਸ ਟਰੈਕ ਨੂੰ ਬਹੁਤ ਨੌਜਵਾਨ ਕਰਦੇ ਨੇ, ਕੁਝ ਕੁ ਤਾਂ ਇਹਦੀ ਹਿੰਦੂ ਉੱਤੇ ਮੰਦਰ ਬਣਨ ਕਰਕੇ ਇਹਦੀ ਮਹਾਤਮਾ ਜ਼ਿਆਦਾ, ਬਹੁਤ ਲੋਕ ਮਤਲਬ ਬਜ਼ੁਰਗ ਵੀ ਕਈ ਮੱਥਾ ਟੇਕਣ ਜਾਂਦੇ, ਜਿਹੜੇ ਜਾ ਸਕਦੇ ਨੇ ਉਹ ਵੀ ਜਾਂਦੇ ਨੇ। ਅਤੇ ਵਧੀਆ ਟਰੈਕ ਹੈ, ਕਰਨਾ ਚਾਹੀਦਾ, ਜਿਹਦੇ ਕੋਲ ਟਾਈਮ ਹੋਵੇ ਉਹ ਜ਼ਰੂਰ ਜਾਏ ਇਸ ਟਰੈਕ ਨੂੰ। ਲਓ ਜੀ ਗੁਰਪ੍ਰੀਤ ਸਿੰਘ ਜੀ, ਤੁਸੀਂ ਬੋਲੋ ਜੀ। ਹਾਂਜੀ, ਟਰੈਕ ਹੈਗਾ ਜੀ ਬਹੁਤ ਸੋਹਣਾ। ਅਸਲ ਦੇ ਵਿੱਚ ਇਹ ਟਰੈਕ 'ਤੇ ਸਾਰਾ ਕੁਝ ਹੀ ਆ ਗਿਆ ਆਪਾਂ ਨੂੰ, ਆਪਾਂ ਚੜ੍ਹਾਈ ਵੀ ਦੇਖ ਲਈ, ਆਪਾਂ ਵਿਊ ਵੀ ਦੇਖ ਲਏ, ਆਪਾਂ ਬਰਫ਼ ਵੀ ਦੇਖ ਲਈ, ਠੰਡ ਵੀ ਦੇਖ ਲਈ, ਸਾਰਾ ਕੁਛ ਹੀ ਆ ਗਿਆ ਟਰੈਕ ਦੇ ਵਿੱਚ। ਪ੍ਰਧਾਨ ਜੀ ਦੇ ਵਿੱਚ ਝੀਲ ਵੀ ਦੇਖ ਲਈ, ਝੀਲ ਵੀ ਦੇਖ ਕੇ ਆਏ ਹਾਂ ਕਰੇਰੀ ਲੇਕ ਵਾਲੀ। ਗਾਹ ਦੀਆਂ ਗੱਲਾਂ ਪ੍ਰਧਾਨ ਜੀ, ਟਰੈਕ ਬਹੁਤ ਸੋਹਣਾ, ਬਸ ਆਉਂਦੇ ਹੋਏ ਥੋੜ੍ਹਾ ਜਿਹਾ ਮੀਂਹ ਪੈ ਗਿਆ, ਉਹਦੇ ਕਰਕੇ ਥੋੜ੍ਹਾ ਜਿਹਾ ਖਲਣ ਪੈ ਗਈ ਸੀ ਵਿੱਚ ਥੋੜ੍ਹੀ ਜਿਹੀ, ਉਹ ਵੀ ਵੱਖਰਾ ਇਹਨਾਂ ਦਾ। ਬਟ ਇਹ ਆ ਕਿ ਟਰੈਕ ਹੈ ਨਾ ਜਿਹੜਾ, ਇਹ ਸਾਰਾ ਪੱਕਾ ਹੈ, ਇਹ ਕੱਚਾ ਨਹੀਂ ਹੈਗਾ। ਹਾਂ ਜੀ, ਪ੍ਰਧਾਨ ਜੀ ਦੱਸੋ ਆਪ ਜੀ, ਰਿਵਿਊ ਦਿਓ ਥੋੜ੍ਹਾ ਟਰੈਕ ਜੀ। ਵੇਖੋ ਜੀ, ਰਿਵਿਊ ਤਾਂ ਵੈਸੇ ਸਾਰਿਆਂ ਨੇ ਦੇ ਆ, ਆਪਾਂ ਪਹਿਲਾਂ ਵੀ ਟਰੈਕ ਕੀਤੇ ਨੇ। ਹਾਂ, ਇਹ ਟਰੈਕ ਦੀ ਖਾਸੀਅਤ ਇਹ ਆ ਵੀ ਇਹ ਰੌਣਕ ਵਾਲਾ ਟਰੈਕ ਆ ਬਾਈ। ਹਾਂ, ਜਦੋਂ ਟਰੈਕ ਆ ਨਾ ਸ਼ਨੀਵਾਰ ਨੂੰ ਆਉਣਾ, ਇੱਥੇ ਮੁੰਡੇ ਕੁੜੀਆਂ ਤੁਹਾਨੂੰ ਇੱਥੇ ਮਿਲਣਗੇ, ਟਰੈਕਾਂ ਦੇ ਉੱਪਰ ਟਰੈਕ ਕਰਦੇ ਮਿਲਣਗੇ ਤੁਹਾਨੂੰ, ਤੁਹਾਨੂੰ ਪਤਾ ਲੱਗਾ ਟਰੈਕ ਤੁਹਾਡਾ ਕਿੰਨੇ ਚਿਰ 'ਚ ਹੋ ਗਿਆ। ਜਿਹੜਾ 6 ਘੰਟੇ ਦਾ ਆਪਾਂ 3.5 ਘੰਟੇ ਤੱਕ ਕੀਤਾ ਆਪਾਂ, ਪਰ ਇਹਦੇ ਵਿੱਚ ਜਿਹੜੀ ਹੋਰ ਵਾਧਾ ਹੋਇਆ, ਜਿਹੜਾ ਅੱਜ ਬਰਫ਼ ਪਈ ਹੈ ਇਹ ਟਰੈਕ ਦੇ ਵਿੱਚ, ਪਹਿਲੀ ਵਾਰ ਹੋਇਆ ਵੀ ਟਰੈਕ ਇੱਦਾਂ ਹੋਇਆ, ਭਾਰੀ ਮੀਂਹ ਪਿਆ, ਗੜੇ ਮਾਰੀ ਗੜੇ ਮਾਰੀ, ਇੰਨਾ ਗੜਾ ਪੈ ਗਿਆ ਵੀ ਸਾਡਾ ਜਿਹੜਾ ਟੈਂਟ ਸੀ ਨਾ ਉਹ ਪੂਰਾ ਭਰ ਚੁੱਕਾ ਸੀ ਇੱਕ ਸਾਈਡ ਤੋਂ, ਅੰਦਰ ਤਾਂ ਮੀਂਹ ਨਹੀਂ ਆਇਆ। ਅਤੇ ਜਦੋਂ ਬਾਹਰ ਅਸੀਂ ਉਹਦੀ ਟਾਕੀ ਓਪਨ ਕੀਤੀ ਤਾਂ ਅਸੀਂ ਵੇਖਿਆ ਚਿੱਟੀ ਚਾਦਰ ਵਿਛੀ ਵੀ ਸਾਰੇ ਪਹਾੜ ਦੇ ਉੱਪਰ ਹੀ, ਬਾਹਰਲੀ ਜਿੱਪ ਖੋਲੀ ਨਾ ਟੈਂਟ ਦੀ, ਹੋਰ ਦ੍ਰਿਸ਼ ਦੇਖਿਆ, ਕਿਆ ਨਜ਼ਾਰਾ ਸੀ ਉਹ, ਅਸੀਂ ਪੇਸ਼ ਨਹੀਂ ਕਰ ਸਕਦੇ ਹੈਗੇ ਜਿਹੜਾ ਅਸੀਂ ਅੱਖਾਂ ਨਾਲ ਦੇਖਿਆ। ਬਿਲਕੁਲ ਵਿਊ ਜਿਹੜੇ ਸੀ ਨਾ ਬਹੁਤ ਸ਼ਾਨਦਾਰ ਸੀ। ਅਤੇ ਬਾਈ ਥੋੜ੍ਹਾ ਜਿਹਾ ਹੋਰ ਆ ਚੀਜ਼ ਦਾ ਖਿਆਲ ਰੱਖਿਓ, ਜਦੋਂ ਟਰੈਕ 'ਤੇ ਆਉਣਾ ਨਾ ਤਾਂ ਮੀਂਹ ਦੇ ਵਿੱਚ ਨਹੀਂ ਆਉਣਾ ਤੁਸੀਂ ਇੱਥੇ, ਕਿਉਂਕਿ ਜਿਹੜਾ ਵਾਟਰਫਾਲ ਆ ਉਹ ਓਵਰ ਹੋ ਜਾਂਦਾ ਫਿਰ ਰਸਤਾ ਟਰੈਕ 'ਤੇ ਆ ਵੀ ਤੁਸੀਂ, ਜਿਵੇਂ ਅਸੀਂ ਥੋੜ੍ਹਾ ਭਿੱਜਦੇ ਭੁੱਜਦੇ ਆਏ ਆ ਤਾਂ ਸਾਡੇ ਕੱਪੜੇ ਗਿੱਲੇ ਹੋ ਗਏ, ਜੇ ਪਹੁੰਚੋ ਹੁੰਦਾ ਤਾਂ ਫਿਰ ਬੜਾ ਬਚਾਅ, ਉਹ ਨਹੀਂ ਗੱਲ ਹੈਗੀ। ਜਿਹੜਾ ਆਨੰਦ ਆਇਆ ਨਾ ਟਰੈਕ ਦਾ, ਬਹੁਤ ਵਧੀਆ, ਜਿਹੜਾ ਮੀਂਹ ਦੇ ਵਿੱਚ ਵੀ ਟਰੈਕ ਕੀਤਾ ਵੀ ਇੱਕ ਇਹਦਾ ਵੱਖਰਾ ਆਨੰਦ ਸੀ ਬਾਈ। ਬਿਲਕੁਲ ਆਨੰਦ ਦੇ ਵਿੱਚ ਆਨੰਦ ਸੀ ਅਤੇ ਮਹਾਂ ਪਰਮਾਨੰਦ ਸੀ। ਹਾਂ ਵੀ ਸੂਬੇ ਤੂੰ ਦੱਸ ਤੇਰਾ ਕੀ ਵਿਚਾਰ ਆ? ਵਿਚਾਰ ਤਾਂ ਪ੍ਰਧਾਨ ਜੀ, ਜਿਵੇਂ ਆਪਾਂ 3-4 ਟਰੈਕ ਕੀਤੇ ਹੋਏ ਨੇ, ਇਹ ਟਰੈਕ ਦੀ ਇੱਕ ਤਾਂ ਖਾਸੀਅਤ ਲੱਗੀ, ਇਹਦਾ ਜਿਹੜਾ ਸਟਾਰਟਿੰਗ ਪੁਆਇੰਟ ਆ, ਜਿੰਨੇ ਵੀ ਟਰੈਕ ਕੀਤੇ ਨੇ ਨਾ ਹਰੇਕ ਟਰੈਕ ਚੜ੍ਹਦਾ ਉੱਪਰ ਨੂੰ, ਇਹਦੀ ਸਟਾਰਟਿੰਗ ਸੀ, ਟਰੈਕ ਉੱਤਰ ਰਿਹਾ ਸੀ ਸਟਾਰਟਿੰਗ 'ਚ, ਇੱਕ ਤਾਂ ਗੱਲ ਵੱਖਰੀ ਸੀ। ਦੂਜੀ ਗੱਲ ਇੱਕ ਨਵੀਂ ਇਹ ਦੇਖੀ ਕਿ ਆਪਾਂ ਜੰਗਲ ਵਾਲਾ ਰਸਤਾ ਇੱਕ ਨਵਾਂ ਲੱਭ ਲਿਆ, ਜਿਹਨੂੰ ਵਾਟਰਫਾਲ ਹੋ ਗਿਆ ਨਾ ਓਵਰ, ਉਸ ਤੋਂ ਬਾਅਦ ਜਿਹੜਾ ਆਪਾਂ ਰਸਤਾ ਲੱਭਿਆ ਦੂਜਾ, ਉਹ ਬੜਾ ਰੋਮਾਂਚਕ ਲੱਗਾ ਮੈਨੂੰ, ਉਹ ਵੀ ਵਾਹ ਤਗੜਾ ਜੰਗਲ ਸੀਗਾ, ਵਾਹ ਚੜ੍ਹਾਈਆਂ ਆਈਆਂ ਉਹ 'ਚ, ਅਤੇ ਉਵੇਂ ਵੱਖਰਾ ਇੱਕ ਨਵਾਂ ਚੀਜ਼ ਵੇਖੀ ਅੱਜ ਆਪਾਂ, ਬਸ ਇੱਦਾਂ ਦਾ ਵੀ ਇੱਕ ਟਰੈਕ ਜਿਹੜਾ ਇਹ ਜਿੱਥੋਂ ਦੀ ਆਪਾਂ ਵਾਪਸ ਇੱਧਰ ਦੀ ਆ ਜਦੋਂ ਵਾਟਰ ਵੱਲੋਂ ਉੱਪਰ ਹੋ ਗਿਆ, ਪਰ ਇਹ ਟਰੈਕ ਵੀ ਪੁਰਾਣੇ ਸਮੇਂ ਦੇ ਵਿੱਚ ਲੋਕ ਇੱਥੋਂ ਦੇ ਟਰੈਕ ਕਰਦੇ ਹੁੰਦੇ ਸੀ। ਹਾਂ, ਟਰੈਕ ਸ਼ੁਰੂਆਤ ਇੱਥੇ ਹੁੰਦੀ ਸੀ ਅਤੇ ਉਹ ਜਿਹੜੀ ਟਰੈਕ ਬਣਾਇਆ ਬੜਾ ਸ਼ਾਨਦਾਰ ਬਣਿਆ ਹੋਇਆ, ਪੱਥਰ ਕੱਟ ਕੱਟ ਕੇ ਬਣਾਇਆ ਉਹਨਾਂ ਨੇ, ਬੜੀ ਰੀਤ ਨਾਲ ਬਣਾਇਆ, ਬੜੀ ਟਰੈਕ ਕਰਨ ਵਾਲਾ ਹੈ,
ਜਿੰਨੇ ਵੀ ਆਉਣਾ ਉਹ ਟਰੈਕ ਜ਼ਰੂਰ ਕਰੇ ਹੈਗੇ ਅਤੇ ਆਪਣਾ ਆਨੰਦ ਲਵੇ ਅਤੇ ਬਹੁਤ ਵਧੀਆ ਬਾਈ ਇਹ ਕਹਿੰਦੇ ਨੇ ਕਲੇਰੀ ਲੇਕ ਦਾ ਟਰੈਕ ਆ ਬਾਈ ਕਹਿੰਦੇ ਬਾਈ ਗੱਲਾਂ ਗਾਹਾਂ ਦੀਆਂ ਸਿਰੇ ਦੀਆਂ ਨੇ ਬਾਤਾਂ ਸਿਰੇ ਦੀਆਂ ਨੇ ਜਦੋਂ ਤੁਸੀਂ ਕਰੋਗੇ ਅਤੇ ਆਪਣਾ ਆਨੰਦ ਲਓਗੇ ਦੇਖੋ ਨਜ਼ਾਰਾ ਕਿੱਦਾਂ ਆਉਂਦਾ ਬਾਈ ਤੁਸੀਂ ਆ ਜਾਓ ਆਹੀ ਮਹੀਨਾ ਮਈ ਜੂਨ ਅਤੇ ਜੁਲਾਈ ਇਸ ਤੋਂ ਬਾਅਦ ਫਿਰ 25-30 ਫੁੱਟ ਇੱਥੇ ਬਰਫ਼ ਪੈ ਜਾਂਦੀ ਹੈ ਇੱਥੇ ਫਿਰ ਤੁਸੀਂ ਜਾ ਨਹੀਂ ਸਕਦੇ ਲਓ ਅਸੀਂ ਪਹਿਲਾਂ ਦੋ ਦੋ ਤਿੰਨ ਦੇ ਜੋੜ ਜੋੜੇ ਲੱਗੇ ਚਲੋ ਬਾਈ ਠੀਕ ਹੈ ਵੀ ਤੁਹਾਨੂੰ ਦੱਸ ਦੇਣਾ ਵੀ ਸੋਟੀ ਤੁਹਾਡੀ ਤੀਜੀ ਲੱਤ ਹੈ ਇਹਨੂੰ ਜ਼ਰੂਰ ਨਾਲ ਲੈ ਕੇ ਆਉਣਾ ਭੁੱਲਣਾ ਨਹੀਂ ਰੇਨਕੋਟ ਨਾਲ ਲੈ ਕੇ ਆਇਓ ਬੈਟਰੀ ਵੀ ਨਾਲ ਲੈ ਕੇ ਆਇਓ ਬਹੁਤ ਵਧੀਆ ਚਲੋ ਜੀ ਆਹ ਤੁਹਾਨੂੰ ਇਹ ਜਿਹੜਾ ਬਲੌਗ ਬਣਾਵਾਂਗੇ ਇਸਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਆਨੰਦ ਲਓ।